ਕੀ ਹਾਲ ਹੈ ਸਾਰਿਆਂ ਦਾ? ਠੀਕ ਨੇ ਸਭ? ਚਲੋ ਤੁਸੀਂ ਇਸ ਵੀਡੀਓ ਦਾ ਟਾਈਟਲ ਤਾਂ ਪੜ੍ਹ ਹੀ ਦਿੱਤਾ ਹੋਣਾ। ਅੱਜ ਆਪਾਂ ਚੱਲੇ ਹਾਂ ਸਾਰੇ ਦਿੱਲੀ ਦੇ ਫੇਮਸ ਬਾਜ਼ਾਰ 'ਚ, ਚੋਰ ਬਾਜ਼ਾਰ, ਥੀਫਸ ਮਾਰਕੀਟ ਜਿਹਨੂੰ ਕਹਿੰਦੇ ਹਾਂ ਆਪਾਂ ਸਾਰੇ। ਟਾਈਮ ਵੀ ਆ ਗਈ, ਬਿਲਕੁਲ ਸਾਹਮਣੇ ਖੜ੍ਹੀ ਹੈ। ਚਲੀਏ ਆਪਾਂ ਚੋਰ ਬਾਜ਼ਾਰ ਥੀਫਸ ਮਾਰਕੀਟ 'ਚ। 6:03 ਦਾ ਟਾਈਮ ਹੈ, ਕੈਬ ਸਾਹਮਣੇ ਖੜ੍ਹੀ ਹੈ, 20 ਮਿੰਟ 'ਚ ਪਹੁੰਚ ਕੇ ਤੁਹਾਨੂੰ ਵਿਖਾਉਂਦੇ ਹਾਂ ਉੱਧਰ ਦਾ ਹਾਲ। ਓਕੇ ਟਾਟਾ। ਮਿੰਟ ਰੁਕੋ ਨਾ, ਆਏ ਤੁਹਾਡੇ ਕੋਲ ਵਾਪਸ। ਆਏ ਬਈ ਮਾਈਟੀ ਜਨਤਾ, ਆਏ ਚੋਰ ਬਾਜ਼ਾਰ ਦੀ ਐਂਟਰੈਂਸ ਸਾਰੀ। ਸਵੇਰ ਦੇ ਵੱਜੇ ਨੇ 6। ਸਵੇਰ ਦੇ 6 ਵਜੇ ਪੂਰੀ ਭੀੜ ਹੈ।
ਮਾਰਕੀਟ ਚ ਅਜੇ ਤੱਕ ਇਹ ਬੋਲਦਾ ਹੈ ¡Gracias!
ਵੀ ਹੈ ਜਿਹੜਾ ਕੰਮ ਅਨਯੋਗ ਹੈਗਾ लोकल में है।
350 ਮੈਂ ਚਲਦੇ ਕੱਪੜੋਂ ਵਾਲੀ ਸਾਈਡ ਤੇ किसी को भी भीड़ से थोड़ी बहुत भी घबराहट होती है तो यहाँ पे मत आना। यहाँ पे उसके अलावा और कुछ भी नहीं है। यार माइटी जनता, अगर भीड़ से किसी को भी घबराहट होती है माइटी जनता ले हो यहाँ मत आना। भीड़ के अलावा यहाँ पे कुछ भी नहीं मिलेगा। जो भी लोकल है वो तो साथ चल रही जाते हैं कस्टमर की तरफ से ही। अब जो अगर बाई चांस कस्टमर को ढूंढ ले तो कस्टमर को मना करे, खुद अपने जो भी खाना कर सकता है।
ਸਾਡੀ ਜਨਤਾ ਦੁਬਾਰਾ ਆਹੀ ਕਹਿ ਰਹੇ ਹਾਂ ਅਗਰ ਕਿਸੇ ਨੂੰ ਵੀ ਭੀੜ ਤੋਂ ਵੀ ਘਬਰਾਹਟ ਹੈ ਤਾਂ ਇੱਥੇ ਨਾ ਹੀ ਆਓ ਸੋਲਾਂ ਜੀਬੀ ਕਾ ਜਾਂ ਬੱਤੀਸ ਕਾ ਕੋਈ ਸਾ ਵੀ ਲੈਣਾ 150 ਰੁਪਏ ਕਾ ਦੇਖ ਲੈ ਅੰਦਰ ਚੇਂਜ ਨਹੀਂ ਕਰਨਾ ਜੇ ਤੇ ਮਾਰ ਜੀ ਭਈਆ ਦੇਖ ਲੈ